ਬਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ ਜੀ? ਬਹੁਤ ਠੀਕ ਠਾਕ ਭਾਜੀ। ਸਭ ਠੀਕ ਠਾਕ ਜੀ? ਹਾਂ ਜੀ ਵਧੀਆ ਭਾਜੀ। ਚੜ੍ਹਦੀ ਕਲਾ? ਚੜ੍ਹਦੀ ਕਲਾ ਜੀ। ਫੁੱਲ ਮੋਜਾਂ? ਬਹੁਤ ਵਧੀਆ ਬਹੁਤ ਮਜ਼ਾ ਜੀ। ਉਧਰ ਵੇਖਿਆ ਮਾਲ ਫਿਰ? ਹਾਂ ਜੀ ਹਾਂ ਜੀ ਮਾਲ ਵੇਖਿਆ ਭਾਜੀ। ਚਲੋ ਚਲੋ। ਹੋਰ ਭਾਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ? ਸਭ ਠੀਕ ਠਾਕ ਨੇ। ਸਤਿ ਸ਼੍ਰੀ ਅਕਾਲ। ਹੋਰ ਸੁਣਾਓ ਜੀ? ਸਭ ਵਧੀਆ ਠੀਕ। ਮੇਰਾ ਜੀ ਸਾਨੂੰ ਤੁਹਾਡੇ ਦੋਵਾਂ ਸ਼ਕਲਾਂ ਵੇਖ ਕੇ ਤੁਹਾਨੂੰ ਹਾਸਾ ਆ ਜਾਂਦਾ। ਬਸ ਉਹੀ ਉਹੀ ਖੁਸ਼ੀ ਨਾਲ ਹੀ ਕਿਉਂ ਇੰਨਾ ਹੈ ਤੁਹਾਨੂੰ? ਹਾਂਜੀ ਹਾਂ ਮਤਲਬ ਉੱਥੋਂ ਵੇਖ ਲਓ ਅਸੀਂ ਡਾਲੇ ਚੱਕਰ ਸਾਨੂੰ ਬਸ ਦਿਲ ਸਾਡਾ ਤੱਕ ਤੱਕ ਕਰਨ ਲੱਗ ਗਿਆ ਕਿਹਾ ਜੀ ਬਾਈ ਉਹਨਾਂ ਕੋਲ ਚੱਲੇ ਹਾਂ ਹਾਂ ਬਸ ਸਭ ਠੀਕ ਆ ਤੁਸੀਂ ਸੁਣਾਓ? ਉੱਧਰ ਚੱਕੇ ਗਏ ਮਾਮਾ ਜੀ ਫੱਟੇ ਮੱਝਾਂ ਦੇ? ਮੱਝਾਂ ਦੇਖੀਆਂ ਇੱਕ ਮੱਝ ਵਿੱਚੋਂ ਕਿਸੇ ਨੇ ਸਾਈ ਦੇਤੀ ਉਹ ਲੈਣ ਨਹੀਂ ਆਇਆ। ਹਾਂਜੀ ਇਹ ਕੰਮ ਖਰਾਬ ਕਰਦੇ ਆ ਆਣ ਕੇ ਵੇਖ ਕੇ ਕੋਈ ਵਿਕਿਆ ਹੋਰ ਸਾਰਾ ਵਿਕਿਆ ਨਾਲ ਇੱਕ ਮਹੀਨੇ ਰਹਿ ਗਈ ਉਹਦੇ 6000 ਦੇ ਗਿਆ ਬੰਦਾ ਲੈਣ ਨਹੀਂ ਆਇਆ। ਹਾਂਜੀ ਇਹ ਕਰਕੇ ਫਿਰ ਰਹਿ ਜਾਂਦਾ ਵਾ ਉਦਾਂ ਕੋਈ ਦਿੱਕਤ ਨਹੀਂ ਹੈਗੀ ਨਾਲ ਵਿਕਦਾ ਜਾਂਦਾ ਵਾ। ਠੀਕ ਆ ਸਾਈ ਭਾਈ ਜਦੋਂ ਬਣਾਵੇ 5000 ਰੁਪਏ ਸਾਈ ਪਾਵੇ 4000 ਰੁਪਏ ਪਾਉਂਦੇ ਆ ਗੱਲ ਨੋਟ ਕਰ ਲੈ ਜੇ ਬੱਲੂ ਨਾ ਦੀ 5000 ਤੋਂ ਵੱਧ ਸਾਈ ਪਾਵੇ ਘੱਟ ਨਾ। ਵੇਖੋ ਗੱਲ ਪਤਾ ਕੀ ਅਸੀਂ ਪੈਸੇ ਲਾ ਕੇ ਮਾਲ ਲਿਆਂਦਾ ਵਾ ਗਾੜੀ ਮਾਲ ਹੱਕ ਪੈਸੇ ਦੇ ਕੇ ਲੈਂਦਾ ਵਾ। ਹਾਂਜੀ ਹਾਂਜੀ ਜਿਹੜਾ ਬੰਦਾ ਪੈਸੇ ਪਾਊਗਾ ਅਸੀਂ ਮਹੀ ਉਹਨੂੰ ਘਲਾਉਣੀ ਦੂਜੇ ਨੂੰ ਨਿਕਲਾਉਣੀ। ਠੀਕ ਹੈ ਭਾਜੀ ਠੀਕ ਹੈ ਕਿਉਂਕਿ ਚਾਂਸ ਸਾਡੇ ਨਾਲ ਹੋ ਗਿਆ ਪਰਸੋਂ ਫੇਰ। ਹਾਂਜੀ ਹਾਂਜੀ ਉਹ ਮਹੀ ਕਿਸੇ ਨੇ ਮੰਗਾਲੀ ਹੈ ਗਾੜੀ ਬੰਦੇ ਨੇ ਜਦੋਂ ਲਾ ਕੇ ਗਈ ਆ ਨਾ ਉਹਨੇ ਕਿਸੇ ਵੀਡੀਓ 'ਚ ਹੋਰ ਥਾਂ ਮਹੀ ਲੈ ਲਈਆ ਤੇ ਸਾਨੂੰ 3500 ਕਿਰਾਇਆ ਪੈ ਗਿਆ ਸਾਡੀ ਮਹੀ ਵਾਪਸ ਆ ਗਈ। ਮੈਂ ਅਸੀਂ ਵੇਚਤੀ ਆ ਸਾਰੀ ਵੇਚਤੀ ਆ। ਹਾਂਜੀ ਹਾਂਜੀ ਤੇ ਇਦਾਂ ਚੰਗੇ ਨਹੀਂ ਲੱਗਦਾ ਮੁੜ ਕੇ ਫੋਨ ਬੰਦ ਕਰ ਦਿੰਦੇ ਬੰਦੇ ਨਹੀਂ ਮਾੜਾ ਕੰਮ ਮਾੜਾ ਕੰਮ ਹੈ। ਕਿਰਾਇਆ ਗੱਡੀ ਵਾਲੇ ਨੂੰ ਜਿਹੜਾ ਭਾਜੀ ਕਰ ਲਿਆ ਉਹ ਦੇਣਾ ਹੀ ਪੈਣਾ ਦੇਣਾ ਹੀ ਪੈਣਾ ਦੇਣਾ ਠੀਕ ਹੈ ਨਾ। ਤੇ ਕੱਲ ਤੁਸੀਂ ਆਉਣਾ ਸੀਗਾ ਕੱਲ ਦਾ ਕੈਂਸਲ ਹੋ ਗਿਆ ਕੰਮ। ਹਾਂਜੀ ਹਾਂਜੀ ਤੇ ਕੱਲ ਦੋ ਗਾਵਾਂ ਵੇਖੀਆਂ ਚਲੋ ਦੋ ਝੋਟੀਆਂ ਸੀ ਤੇ ਹੁਣ ਵੀ ਉਹ ਬਾਹਰ ਬੰਦੀ ਇੱਕ ਝੋਟੀ ਕੱਢ ਕੇ ਵੇਖੀ ਆ ਠੀਕ ਹੈ ਬੰਦਾ ਲੱਗਣ ਤੇ ਇੱਕ ਝੋਟੀ ਸਵੇਰੇ ਚਲ ਗਈ ਹੁਣ ਵੀ 4 ਝੋਟੀਆਂ ਵਾ ਤੇ 4 ਕੁ ਲੈੜਾ ਵਾ ਠੀਕ ਹੈ। ਇਦਾਂ ਮਾਲ ਆਉਂਦਾ ਜਾਂਦਾ ਰਹਿੰਦਾ ਵਾ ਮਾਲ ਵੀ ਤੇ ਆਪਣੇ ਤੁਰੇ ਰਹਿੰਦਾ ਕਦੋਂ ਆਉਂਦਾ ਕੋਈ ਆਈ ਨਹੀਂ ਵੇਖੀ ਤੁਰੀਆਂ ਜਾਂਦੀਆਂ। ਹਾਂ ਚਲੋ ਕੋਈ ਗੱਲ ਬਸ ਮੇਰਾ ਜੀ ਆ ਕੇ ਰਿੰਗੀ ਜਾਂਦਾ ਇਹ ਉਹ ਝੋਟੀ ਨਾ ਵਿਕੀ ਆ ਤੇ ਉਹ ਵੀਡੀਓ 'ਚ ਨਹੀਂ ਪਾਉਣੀ ਉਹ ਰੀਲ ਵੇਚਣ ਵਾਲੇ ਨੇ ਲਈ ਆ। ਅੱਛਾ ਉਹ ਲਾਗੇ ਬੰਨ ਕੇ ਕੱਟਾ ਕੱਲਾ ਵਾ ਮਹੀਂ ਦੇ ਲਾਗੇ ਤਾਂ ਨਹੀਂ ਨੰਡਿਆ ਜੋ ਤੋਰੋ ਫਿਰ ਇਹਨੂੰ ਵੀ ਪਿਓਰ ਕਾਲੀ ਆ ਪਿਓਰ ਕਾਲੀ ਸ਼ਾ ਠੀਕ ਆ ਅੱਜ ਇਹਦਾ ਬੱਚਾ। ਅੱਛਾ ਜੀ ਕੋਈ ਲਾਲੇ ਮਹੀਨੇ ਦਾ ਕੋਈ ਲਾਲੇ 20 ਦਿਨਾਂ ਦਾ ਕੋਈ ਲਾਲੇ 1.5 ਮਹੀਨੇ ਦਾ ਠੀਕ ਹੈ ਜੀ ਠੀਕ ਹੈ ਨਾ। ਹਾਂਜੀ ਅੱਜ ਦਾ ਕੱਟਾ ਠੀਕ ਆ ਬਾ ਠੀਕ ਆ ਕੱਟਾ ਸਾਂਭਿਆ ਦੁੱਧ ਸਹੀ ਕਿੰਨਾ ਦੁੱਧ 10 ਕਿਲੋ ਤੋਰੋ ਤੋਰੋ ਫਿਰ ਚੋਵੇ ਚਾਹੇ ਕੋਈ ਨਾ ਚੋਵੇ ਸਾਰੇ ਮਾਲ ਦੇ ਵਿੱਚ ਭੂਰ ਛੱਟਾ ਕੋਈ ਨਹੀਂ ਦੋ ਚੀਜ਼ਾਂ ਹੁਣੇ ਆਈਆਂ ਠੀਕ ਆ ਤੋਰੋ ਜੀ ਫਿਰ ਦੇਖੋ ਜੀ 10 ਕਿਲੋ ਤਾਂ ਬਿਲਕੁਲ ਜੈੱਡ ਬਲੈਕ ਕਾਲੀ ਸ਼ਾਹ ਝੋਟੀ ਚੈੱਕ ਕਰੋ ਜੀ ਵੇਖੋ ਵੱਡੀ ਝੋਟੀ ਨਾਲੇ ਆ ਦੇਖੋ ਆ ਚੈੱਕ ਕਰੋ ਜੀ ਵੇਖੋ ਚਵਾਪ ਸਮਾਂ ਵਧੀਆ ਭਾਈ ਜੀ ਆ ਜਾਓ ਭਾਈ ਜੀ ਆ ਜਾਓ ਲੈ ਚਲੋ ਵੇਖੋ ਝੋਟੀ ਦਾ ਰੰਗ ਰੂਪ ਵੇਖੋ ਜੀ ਚਲੋ 1000 ਹੋ ਛੱਡਦਾ ਨੀ ਕਰਦੇ ਲੱਖ ਲੱਖ ਰੁਪਿਆ ਰੇਟ ਪਾਉਂਦੇ ਜੀ ਬਾਕੀ ਜੋ ਮਰਜ਼ੀ ਆ ਪਰ ਥਣ ਬੜਾ ਕੁਆਲਿਟੀ ਲੱਗਾ ਚੂਣ ਬਾਈ ਬਹੁਤ ਲੱਗੀ ਹਾਂ ਦੇਖੋ ਚਲੋ ਤੋਰੋ ਜੀ ਤੇ ਪੂਜ ਵੇਖੋ ਜੀ ਜਿਵੇਂ ਕੀ ਕਹਿੰਦੇ ਤੁਸੀਂ ਰੇਸ਼ਮੀ
ਵੱਡੀ ਝੋਟੀ ਆ ਜੀ ਵੇਖੋ ਬੱਲੂ ਤੇ ਤਾਂ ਜਾਂਦੀ ਆ ਬਸ ਠੀਕ ਆ ਚਲੋ ਕੋਈ ਨਹੀਂ ਪਹਿਲਾ ਸੂਆ ਜੀ ਗਾਵਾਂ ਵੀ ਭਾਈ ਬੜੀ ਚੰਗੇ ਚੰਗੇ ਲੈ ਕੇ ਗਾਵਾਂ ਦੇ ਲੇਵੇ ਵੇਖਣ ਵਾਲੇ ਆ ਜਿਵੇਂ ਡੁਪਲੀਕੇਟ ਲੱਗੇ ਹੁੰਦੇ ਇਹਦੇ ਲੇਵੇ ਆ ਭਾਈ ਗਾਵਾਂ ਦੇ ਆ ਜੋ ਆ ਬਿਲਕੁਲ ਭਾਜੀ ਉਹ ਹੈਗਾ ਹੀ ਆ ਹਾਂਜੀ ਝੋਟੀ ਵੇਖੋ ਭਾਜੀ ਕਿੱਡੀ ਚੰਗੀ ਆ ਮੰਗਾਂ ਨੂੰ 65 ਮੰਗ ਲਈਏ ਉਹ ਵੀਰੇ ਬੂਹਾ ਖੋਲੀ ਗੱਡੀ ਆ ਜੀ 65 ਮੰਗ ਲਈ ਤਾਂ ਵੀ ਵਿਕ ਜਣੀ ਆ ਹਾਂਜੀ 60,000 ਚੋਂ 2,000 ਘੱਟ 56,000 ਦੀ ਦੇ ਦਾਂਗੇ 56,000 ਦੀ ਹਾਂਜੀ ਠੀਕ ਆ ਉਹ ਚੋਂ ਹੋਰ 1,000 ਦੀ ਛੋਟ 57,000 ਦੀ ਝੋਟੀ ਹਾਂ ਨਾ ਦੇ ਦਾਂਗੇ ਚਲੋ ਠੀਕ ਹਾਂਜੀ ਠੀਕ ਆ ਨਾ ਹਾਂਜੀ ਬਿਲਕੁਲ ਪਰਲੀ ਦੱਸੋ ਤਾਜੀ ਸੂਈ ਆ ਹੁਣੇ ਘੰਟਾ ਹੀ ਹੋਇਆ ਆਈ ਨੂੰ ਅੱਛਾ ਜੀ ਉੱਥੋਂ ਕਿਲੋ ਕੁ ਦੁੱਧ ਚੋ ਕੇ ਲਿਆਂਦੀ ਆ ਠੀਕ ਆ ਉਹਨਾਂ 9 ਲੀਟਰ ਦੁੱਧ ਦੱਸਿਆ 8 ਕਿਲੋ ਲਾ ਕੇ ਕੋਈ ਲੈ ਜੀ 8 ਕਿਲੋ ਹਾਂਜੀ ਬਾ ਠੀਕ ਆ ਚੋ ਕੇ ਲਿਆਂਦੀ ਹਜੇ ਆ ਜੀ ਤਾਜ਼ਾ ਬੱਚਾ ਬਿਲਕੁਲ ਤਾਜ਼ਾ ਬੱਚਾ ਕੱਟਾ ਕੱਟਾ ਮਗਰਾ ਹਾਂਜੀ ਤਾਜ਼ਾ ਬੱਚਾ ਸੂਆ ਭਾਜੀ ਕਿਨਮਾ ਹੋ ਗਈ ਸੂਆ ਮਈ ਭਾਜੀ ਤੇਜਾ ਚੁੱਟਾ ਹੈਗੀ ਆ ਤੇ ਹਾਂ ਹੈਗੀ ਹੈਗੀ ਜੀ ਹੈਗੀ ਉਹਦਾ ਕੀ ਸਾਰਾ ਜਿਹੜੀਆਂ ਝੋਟੀਆਂ ਝੋਟੀਆਂ ਹੁਣ ਤੇ ਭਾਜੀ ਫਿਰ ਇਹਦੀ ਕੀਮਤ ਕਿੰਨੀ ਕਰੋਗੇ ਫਿਰ ਅਬੇ ਇੱਕ ਮਿੰਟ ਕੱਢ ਦੀ ਕੀਮਤ ਜੈ ਜੀ ਦਾਂਗੇ ਜੈ ਜੀ ਅੱਛਾ ਚਲੋ ਕਿਉਂਕਿ ਬਜ਼ਾਰ ਬੜਾ ਤੇਜ਼ ਵਾ ਪਰ ਬਈਆਂ ਦੇ ਰੇਟ ਵੇਖ ਲਓ ਭਾਅ ਫਿਰ ਕੋ ਛੋਟਾ ਹੀ ਕਰਾਂਗੇ ਤਾਂ ਵਾਹ ਜੀ ਵਾਹ ਬਈਆਂ ਵੇਖੋ ਬਜ਼ਾਰ ਤੇਜ਼ ਹੈ ਤੇ ਮੱਝਾਂ ਰੇਟ ਵੇਖ ਲਓ ਆਪੇ 10 ਕਿਲੋ ਵਾਲੀ ਬਈਆਂ ਲੈ ਚਲੋ ਗੱਡੀ ਵੀ ਆ ਗਈ ਬਾਈ ਹੋਣਾ ਦੀ ਆ ਜਾਓ ਆ ਜਾਓ ਬਟ ਲੈ ਚਲੋ ਬਾਜੀ ਬੋਲੋ ਫਿਰ 65 ਕਰ ਲਈਏ 60 ਕਰ ਲਈਏ ਮਈ 52,000 ਦੀ ਦੇ ਦਾਂਗੇ ਬਿਲਕੁਲ ਜਾਇਜ਼ ਰੇਟ ਉਹ ਚੋਂ ਪੱਕੀ ਹਾਂ ਨਾ 50,000 ਦੀ ਮਈ ਦੇ ਦਾਂਗੇ ਹੋਰ ਚਲੋ ਕੋਈ ਛੱਡੋ ਫਿਰ ਹਾਂਜੀ ਬਿਲਕੁਲ ਜਾਇਜ਼ ਵਾ ਵੱਡੀ ਮਈ 50,000 ਦੀ ਬਾ ਠੀਕ ਠੀਕ ਆ ਜਾਓ ਫਿਰ ਤਾਜੀ ਮਈ ਸੂਈ ਕਰ ਦੋ ਕੋਈ ਹੋਰ ਕਰ ਦੇ ਮੋਟ ਕੋਈ ਆਊਗਾ ਦੇ ਬਾ ਠੀਕ ਆ ਆ ਜਾਓ ਫਿਰ ਇੱਧਰ ਗਾਵਾਂ ਪਾ ਇੱਕ ਨੰਬਰ ਗਾਂ ਲੱਗੋ ਗਾਵਾਂ ਭਾਜੀ ਇਹ ਤੇ ਬੜੇ ਇਹ ਗੱਪਣਾ ਨਾ ਸਵੇਰ ਦੀ ਵਛੀ ਸੂਈ ਆ ਜਾਓ ਵਛੀ ਨੇ ਬੱਚਾ ਥੋੜਾ ਜਿਹਾ ਛੋੜਾ ਬੜਾ ਬੜਾ ਹੀ ਤੇਜ਼ ਬੱਚਾ ਹਾਂ ਬੱਚਾ ਬੜਾ ਤੇਜ਼ ਵਾ ਭਲਾ ਭਲਾ ਪਈਆਂ ਥੋੜੀਆਂ ਆਜੋ ਜੀ ਆਜੋ ਘੁਮਾਲੋ ਘੁਮਾਲੋ ਬਿਲਕੁਲ ਠੀਕ ਆ ਬੋਲ ਭਾਵੇਂ 52,000 ਕਰੀਏ 42,000 ਦੀ ਦੇ ਦਾਂਗੇ ਵੇਖੋ ਜੀ 8 ਕਿਲੋ ਬੋਲਾ ਪਹਿਲਾ ਸੂਆ ਤੇ ਬੱਚਾ ਮਗਰਾ ਬੱਚਾ ਮਗਰਾ ਆ ਗਿਆ ਜੀ
चोबर वेखो चेक करो चोबर बड़े आते भाई जी बलो जी की गल है सूहा चोबर है भाई वेला कहने के ना आप ही चोबर ही है वाकई सही गल भाई ठंडी ठुंडी भाजी बड़ी है हाँ जी बोलो जी अपने बी तेई किलो बैठ वेखो जी हां देखो पूरी जात आ चारू चुरू पूरी है ना बहुत ठीक है ले चलो बोलो जी मुल भाजी बाठ हजार की सही गल है बिलकुल जिधर मर्जी जावे उधर ही आ जाए जेडी चीज है सानू गारंटी दा मान है हां जी ताई भाई तेरी आड़े सूबे की ते फिर बेच दांगे कोई चक्कर नहीं के आपा गबन नहीं देनी हां जी ले कोई हाडे को बस ठीक है बैठ दा भाई नजारा आंदा एक करी बैठ दा वेख जदा नजारा मारदा बिलकुल बिलकुल पूरा नजारा आंदा एक करी बस ठीक है इदा दा डंगर नहीं आ रहे आ जांदे आ जी यार दूजे सूबे बैठ दा गबन बैठ दा पिछली वारी आपा लेने हां ते सुई अपने मामे ने पिंडो लिया अच्छा पंगालियों लिया हाँ जी बाली दूरों नहीं लिया ठीक है वेखी डिठी वशी आ दुध 13-14 किलो कढ़दी पहले हजे देने ने 8 लेने आ हाँ जी आओ जी बल्लू जी आ जाओ लास्ट वाला पीस रह गया बल्लू खोल के शॉट कर दिया अजे हाँ जी वेखी जाओगे अजे पिंदरे बगैर ही हाँ कुछ नहीं होंदा वड्डी वशी आ भाजी सानू बहुत प्यारा लगा मां कुछ नहीं होंदा हाँ जी कर दो भाजी फिर आजा वड्डी है वशी भाए भाजी दा 45,000 मुल करी जाइए हाँ जी 37,000 दी वशी दे दांगे 35,000 दी भाजी हां दे दांगे नहीं 35 दी दे दांगे 33,000 दी भाजी फिर दे दांगे अज होर करो नहीं होर मेरे को जाए ओ गबन गबन जे को नहीं नहीं कितना सुवी तो चाहिए दे नहीं तो मैं तो बोली लागी कि नहीं बड़ी बच्ची नहीं नहीं जाए पर तका नहीं करना थोड़ा तका नहीं करना पाजी तू ही क्या ना क्योंकि देखो पता गल की है जो तुसी यार सब कुछ है सही है कि नहीं ठीक है बोलो हाँ बिल्कुल नहीं लेके आना लेके आना बस 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 कोई कोई नहीं नहीं कोई गल नहीं हाँ जी हाँ बिल्कुल बिलकुल ठीक है ਕਿਉਂਕਿ ਵਪਾਰੀ ਵੀ ਮਾਲ ਜ਼ਿਆਦਾ ਸਾਡੇ ਤੋਂ ਲੈ ਕੇ ਜਾਂਦੇ ਲੈ ਹੁਣ ਮਈਆਂ ਜਿਹੜੀਆਂ ਰੇਟ ਪਾਏ ਆ ਇਹਨਾਂ ਚੋਂ ਵਪਾਰੀ ਵੀ ਜਿਹੜਾ ਕੋਈ ਲੱਲੂ ਵੇਖ ਜਣੀ ਉਹਨਾਂ ਦੀ ਵੀ ਜ਼ਿਆਦਾ ਵੇਖ ਜਾਣੇ ਜੀ ਹਾਂਜੀ ਜ਼ਿਆਦਾ ਰੇਟ ਤਾਂ ਹੀ ਨਹੀਂ ਪਾਈਦਾ ਵੀ ਹਰ ਇੱਕ ਬੰਦਾ ਲੱਲੇਗਾ ਠੀਕ ਹੈ ਛੋਟੇ ਛੋਟੇ ਰੇਟ ਪਾਵਾਂਗੇ ਤੇ ਮਾਲ ਵਿਕਦਾ ਜਾਂਦਾ ਰਹੂਗਾ ਮਾਲ ਤੇ ਮਾਲ ਬਾਜੀ ਮਿੰਟ ਮਿੰਟ ਵਿਖਣ ਜਾ ਕਰਦਾ ਜੀ ਨੰਬਰ ਬਾਜੀ ਫਿਰ ਆਪਣਾ ਐਡਰੈਸ ਨੰਬਰ ਹੈਗਾ ਭਾਜੀ ਆਪਣਾ 9924 27529
ਨਾਂ ਪਿੰਡਾ ਪਿੰਡ ਧਵਾਨ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਨੇੜੇ ਅਲੀ ਵਾਲ ਦੇ ਅਤੇ ਦਲਮ ਦੇ ਅਤੇ ਕਿਲੇ ਦੇ ਮੇਨ ਅਲੀ ਵਾਲ ਦੇ ਨੇੜੇ ਆ ਜਿਹੜੇ ਕਾਲਾ ਨੌਰ ਸਾਈਡ ਦੇ ਆ ਉਹ ਕਿਲਾ ਲਾਲ ਸਿੰਘ ਤੋਂ ਮੁੜਦੇ ਆ ਜਿਹੜੇ ਇੱਧਰੋਂ ਅਲੀ ਵਾਲ ਮਸ਼ਹੂਰ ਆ ਅਲੀ ਤੁਸੀਂ ਜਿਹੜੇ ਹੁੰਦੇ ਆ ਤਰਨ ਤਾਰਨ ਏਰੀਏ ਚੋਂ ਜੇਪੀਪੁਰ ਅੱਡਾ ਅਲੀ ਵਾਲ ਹਾਂਜੀ ਅਤੇ ਜਿਹੜੇ ਮੇਰੇ ਵੀਰ ਇੱਧਰੋਂ ਫਤਿਹਗੜ੍ਹ ਸਾਈਡ ਤੋਂ ਆਉਂਦੇ ਆ ਉਹ ਕਾਲਾ ਫਗਾਨਾ ਘਣੀ ਅੱਡੇ ਤੋਂ ਮੁੜਦੇ ਆ ਚਲੋ ਹਾਂਜੀ ਹੋਰ ਬਾਜੀ ਹੋਰ ਸਭ ਠੀਕ ਠਾਕ ਚਲੋ ਠੀਕ ਹੈ ਜੀ ਦੇਖੋ ਜੀ 25 ਦਿਨ ਵੀਡੀਓ ਆਣੀ ਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇ ਜੇ ਠੀਕ ਹੈ ਜੀ ਝੋਟੀਆਂ ਦੇ ਬੱਚੇ ਬੁੱਢੇ ਹਾਂ ਚੈੱਕ ਕਰ ਲਓ ਇੱਕ ਵਾਰੀ ਤੇ ਮੇਰੀ ਹੋਰ ਗੱਲ ਹੈਗੀ ਆ ਹਾਂਜੀ ਹਾਂਜੀ ਦੱਸ ਦੋ ਆ ਵੀਡੀਓ ਪਈ ਆ ਨਾ ਹੁਣ ਚੱਲਣ ਦੀ ਆ ਹਾਂਜੀ ਜਿਹੜੀ ਇਹ ਵੀਡੀਓ 'ਚ ਜਿਹਨੂੰ ਨੰਗਰ ਨਹੀਂ ਚੰਗੀ ਤਰ੍ਹਾਂ ਦੇਖਣਾ ਘੜੀ ਮੁੜੀ ਸਾਡੇ ਤੋਂ ਜਿਹੜੀ ਵੀਡੀਓ ਮੰਗਾਉਣੀ ਆ ਨਾ ਉਹਦਾ ਕੀ ਫਾਇਦਾ ਨਹੀਂ ਨਹੀਂ ਉਹ ਕੰਮ ਗਲਤ ਆ ਜੀ ਉਹ ਕਦੇ ਆ ਜਾਂਦੇ ਫੇਰ ਦੁਰੇ ਬਣਾ ਕੇ ਪਾਓ ਉਹ ਸਵੇਰ ਸਵੇਰੇ ਮਾਲ ਕਿਸੇ ਵੇਲੇ 7 ਵਜੇ ਚੋਏ ਹੁੰਦੇ ਆ ਮੁੜ ਕੇ ਆਖਦੇ ਵੀਰੇ ਸਾਡੇ ਚੜਾ ਨਹੀਂ नंबर बोलो बी फिर अपना बोल दी मेरा नंबर बोल ही दिता चलो कोई नहीं कोई नहीं के बोल देख रही कैद दो 95924 95924 नहीं मैं नहीं कोई ना सारे खुश होंगे एक मेरा वीर हो गल जो है नहीं चेक वाला मेनू फोन ना लावे नगद कैश पेमेंट बिल्कुल जी ठीक है फोन कर दो 25 कडो ठीक है भाजी महाराज सत श्रीकाल जी सत श्रीकाल जी।